कभी। हॉस्पिटल चलते प्लीज। उठ। ऐ की है विक्रम, तुसी इत्थे बैठे रेस्ट कर रहे हो, नीचे क्यों नहीं आए? नीचे मेरे मम्मा आए हुए सी, पर तुसी उन्हां नूं मिलना एक बार भी जरूरी नहीं समझिया। तेरे मम्मा आए सी? मैनूं एक्चुअली पता नहीं सी। हाँ हाँ, तुहानूं क्यों पता होएगा? आफ्टर ऑल तुसी भी तां ऐसी फैमिली दे मैंबर हो ना। मैंने एक गलत समझ नहीं आ रही कि तुसी ऐसा मुंह लगा के रूम च क्यों बैठे हो? कुछ गलत किया है तुसी? क्रिमिनल हो? जस्ट शट अप मेहर, तू कुछ ज्यादा नहीं बोल रही? तेनू मैं क्रिमिनल लगदा पिया? नहीं नहीं, मैं वो नहीं कह रही सी, पर तुसी इधर रिएक्ट क्यों कर रहे हो? मैं तो बस कैजुअली बोलता। एक कैजुअल नहीं थी, नॉनसेंस थी। डू यू अंडरस्टैंड? नहीं पता सी कि तेरी मम्मी आए ने। जे मैनू पता होंदा, इन्ने क मैनर्स मेरी फैमिली ने मैनू सिखाए ने कि जे करे कोई गेस्ट आए ते उन्हें मिल के जाइदा, समझी? ऐ सही है, इत्थे तुसी ऐदा बिहेव कर रहे हो ते उत्थे ऑफिस दे विचों कल्याणी मल्होत्रा वो भी सेम रिएक्ट करदी है, जिवें मेरी कोई इज्जत ही नहीं है। एक मिनट, तू ऑफिस गई सी? तेनू ऑफिस नहीं जाना चाहिदा सी, तू गलती किवें कर सकदी है? जे जाना ही सी ते कल्याणी दीदी परमिशन लेके चली जांदी। एक तो तुहाडे रूल्स ना, तो मैं अज तक कभी मन्ने ने ते ना ही कदे मन्नांगी। मैं हमेशा अज तक अपनी मर्जी कीती है ते अग्गे भी अपनी मर्जी करांगी। विक्रम महर, इन्ना लेट हो गया है ते एक वाइफ होने के नाते तेनू ये फिक्र होनी चाहिए है कि विक्रम ने खाना खाधा है कि नहीं। पर नहीं, ਉਹਨੂੰ ਪੁੱਛਣ ਦੀ ਬਜਾਏ ਤੂੰ ਉਹਦੇ ਨਾਲ ਇੰਨੀ ਉੱਚੀ ਉੱਚੀ ਲੜ ਰਹੀ ਹੈ। ਤੁਸੀਂ ਸਭ ਨੇ ਸੁਣ ਲਿਆ ਫਿਰ? ਆਮ ਸੌਰੀ ਮੰਮੀ ਜੀ, ਪਰ ਜੇ ਤੁਹਾਨੂੰ ਦਿਖ ਰਿਹਾ ਹੋਵੇ ਤਾਂ ਤੁਸੀਂ ਹਸਬੈਂਡ ਐਂਡ ਵਾਈਫ ਦੇ ਵਿੱਚ ਇੰਟਰਫੇਅਰ ਕਰ ਰਹੇ ਹੋ। ਤੇ ਜੇ ਤੁਹਾਨੂੰ ਥੋੜ੍ਹੀ ਜਿਹੀ ਵੀ ਸਮਝ ਆ ਰਹੀ ਹੋਵੇ ਤਾਂ ਤੁਹਾਨੂੰ ਸਾਡੀ ਪ੍ਰਾਈਵੇਸੀ ਦੀ ਰਿਸਪੈਕਟ ਕਰਨੀ ਚਾਹੀਦੀ ਸੀ। ਪਰ ਸ਼ਾਇਦ ਤੁਹਾਨੂੰ ਇੱਦਾਂ ਲੱਗ ਰਿਹਾ ਹੋਵੇਗਾ ਕਿ ਜੇ ਵਿਕਰਮ ਮੇਰੇ ਨਾਲ ਥੋੜ੍ਹੀ ਜਿਹੀ ਵੀ ਗੱਲ ਕਰ ਲੈਣਗੇ ਤਾਂ ਮੈਂ ਉਹਨਾਂ ਨੂੰ ਤੁਹਾਡੇ ਤੋਂ ਖੋ ਲਵਾਂਗੀ। ਮਹਿਰ ਕਬੀਰ, ਕਬੀਰ ਉੱਠਣਾ ਯਾਰ। ਕਬੀਰ ਤੂੰ ਠੀਕ ਹੈ ਨਾ? ਕਬੀਰ ਪਲੀਜ਼ ਉੱਠ ਜਾ ਯਾਰ, ਪਲੀਜ਼ ਉੱਠ ਜਾ ਕਬੀਰ। ਕਬੀਰ ਤੂੰ ਠੀਕ ਹੈ ਨਾ? ਨਹੀਂ ਨਹੀਂ ਪਲੀਜ਼, ਠੀਕ ਹੈ ਯਾਰ। ये तुम केड़े हॉस्पिटल लेके आई सर? मतलब सिटी हॉस्पिटल। व्हाट शहद? कबीर शहद, तुम इन्हें इस हॉस्पिटल से क्यों लेके आई? मेनू होने ही तो नहीं, इस हॉस्पिटल तो लेके चल। तेनू की होया कबीर? काम डाउन डॉक्टर। शहद मेरी गल सुन। शहद कबीर, शहद मैं तेनू कहा ना, मेनू इस मनहूस हॉस्पिटल तो लेके चल। मनहूस? सहज वो हॉस्पिटल है जिथे मेरा जन्म होया, इतों ही मैं बाहर अनाथ होके निकलिया सी। इसे हॉस्पिटल च मैं अपने मॉम डैड नू गवाया, इसी करके मैं अज तक इतने नहीं आया, तो तू मैनू इतने ले आई है।
ਇੱਥੇ ਦੇ ਇੱਕ ਵਰਕਰ ਨੇ ਮੈਨੂੰ ਇੱਥੇ ਦੇ ਲੋਕਲ ਅਨਾਥ ਆਸ਼ਰਮ ਚ ਭਰਤੀ ਕਰਾਇਆ ਸੀ। ਸਹਿਜ ਮਨ ਮੇਰੀ ਗੱਲ ਮੈਨੂੰ ਕੁਝ ਕਬੀਰ ਕਾਮ ਡਾਊਨ ਕੀ ਹੋਇਆ ਤੈਨੂੰ ਸਹਿਜ ਮਨ ਨਾ ਮੇਰੀ ਗੱਲ ਪਲੀਜ਼ ਕਬੀਰ ਕੀ ਹੋਇਆ ਡਾਕਟਰ ਸਾਹਿਬ ਕੁਝ ਨਹੀਂ ਹੋਇਆ ਮੈਨੂੰ ਸਹਿਜ ਲੈਟ ਮੀ ਗੋ ਡਾਕਟਰ ਸੰਭਾਲੋ ਇਹਨੂੰ ਪਤਾ ਨਹੀਂ ਬੇਫਾਲਤੂ ਚ ਪੈਨਿਕ ਹੋ ਰਿਹਾ ਹੈ ਇੱਕ ਮਿੰਟ ਰਿਲੈਕਸ ਸਹਿਜ ਮੈਨੂੰ ਕੁਝ ਨਹੀਂ ਕਾਮ ਡਾਊਨ ਕਾਮ ਡਾਊਨ ਕਾਮ ਡਾਊਨ ਕਾਮ ਡਾਊਨ ਰਿਲੈਕਸ ਰਿਲੈਕਸ ਸਹਿਜ ਮੇਰੀ ਗੱਲ ਮੰਨ ਮੈਨੂੰ ਜਾ ਲੈਂਦੇ ਇੱਥੋਂ ਮੈਨੂੰ ਲੈ ਜਾ ਸਹਿਜ ਸਹਿਜ ਤੂੰ ਮੰਨ ਕਿਉਂ ਨਹੀਂ ਰਹੀ ਜਸਟ ਅ ਮਿੰਟ ਜਸਟ ਅ ਮਿੰਟ ਜਸਟ ਅ ਮਿੰਟ ਸਹਿਜ ਤੂੰ ਰੋਕਦੇ ਕਿਉਂ ਨਹੀਂ ਪਈ ਸਹਿਜ ਸਹਿਜ ਪਲੀਜ਼ ਕਾਮ ਡਾਊਨ ਸਹਿਜ ਰਿਲੈਕਸ 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 ਆਰਾਮ ਸੇ ਸਹਿਜ ਥੋੜੀ ਦੇਰ ਸੁੱਤਾ ਰਹੇਗਾ ਇਹ ਤੇ ਸੱਟ ਵੱਜਣ ਕਰਕੇ ਥੋੜਾ ਜਿਹਾ ਹਾਈਪਰ ਹੋ ਰਿਹਾ ਹੈ ਡੋਨਟ ਵਰੀ ਠੀਕ ਹੋ ਜਾਏਗਾ ਉਹ ਥੈਂਕ ਯੂ ਡਾਕਟਰ ਓਕੇ ਐਕਸਕਿਊਜ਼ ਮੀ ਆਮ ਸੌਰੀ ਜਾਣੇ ਅਣਜਾਣੇ ਚ ਤੈਨੂੰ ਇੱਥੇ ਲੈ ਆਈ ਮੈਨੂੰ ਨਹੀਂ ਪਤਾ ਸੀ ਇੱਥੇ ਹਾਨ ਕਰਕੇ ਤੇਰੇ ਜ਼ਖਮ ਤਾਜ਼ੇ ਹੋ ਜਾਣਗੇ ਅੰਕਲ ਗੇਟ ਤੇ ਖੜੇ ਹੋ ਕੇ ਸਾਡੀ ਗੱਲਾਂ ਕਿਉਂ ਸੁਣ ਰਹੇ ਸੀ ਕੀ ਉਹਨਾਂ ਨੂੰ ਉਹ ਸਭ ਸੁਣ ਕੇ ਸ਼ੌਕ ਕਿਉਂ ਲੱਗਿਆ ਆਈ ਗੈਸ ਆਈ ਨੀਡ ਟੂ ਟਾਕ ਟੂ ਹਿਮ ਤੂੰ ਮੋਮ ਨਾਲ ਐਵੇਂ ਕਿਵੇਂ ਗੱਲ ਕਰ ਸਕਦੀ ਹੈ ਜਦੋਂ ਤੱਕ ਤੂੰ ਵਿਆਹ ਕਰਾ ਕੇ ਇਸ ਘਰ 'ਚ ਆਈ ਹੈ ਨਾ ਤੂੰ ਆਪਣੇ ਆਪ ਨੂੰ ਇਨਸਕਿਓਰ ਤੋਂ ਫੀਲ ਕਰਦੀ ਪਈ ਹੈ ਤੂੰ ਨਾ ਫਾਲਤੂ ਸੋਚਣਾ ਬੰਦ ਕਰ ਦੇ ਸਾਡੇ ਕੋਲ ਇੰਨਾ ਪੈਸਾ ਹੈ ਤੈਨੂੰ ਜੋ ਚਾਹੀਦਾ ਉਹ ਮਿਲੇਗਾ ਬਟ ਐਟਲੀਸਟ ਤੂੰ ਸਾਰਿਆਂ ਨੂੰ ਤੰਗ ਕਰਨਾ ਬੰਦ ਕਰ ਦੇ ਫਿਕਰਮ ਤੂੰ ਗੁੱਸਾ ਨਾ ਕਰ ਸ਼ਾਂਤ ਹੋ ਜਾ ਉਹ ਸਹੀ ਕਹਿ ਰਹੀ ਹੈ ਮੈਨੂੰ ਨੌਕ ਕਰਕੇ ਆਉਣਾ ਚਾਹੀਦਾ ਸੀ ਮੈਨੂੰ ਸਮਝਣਾ ਚਾਹੀਦਾ ਸੀ ਕਿ ਬੱਚਿਆਂ ਦੀ ਆਪਣੀ ਪ੍ਰਾਈਵੇਸੀ ਹੁੰਦੀ ਹੈ ਮੈਨੂੰ ਇੱਦਾਂ ਨਹੀਂ ਆਉਣਾ ਚਾਹੀਦਾ ਸੀ ਕਮਰੇ 'ਚ ਆਮ ਸੌਰੀ ਨੋ ਮੋਮ ਜੇ ਦਰਵਾਜ਼ਾ ਖੁੱਲ੍ਹਾ ਨਾ ਤੁਹਾਨੂੰ ਕੋਈ ਜ਼ਰੂਰਤ ਨਹੀਂ ਹੈ ਨੌਕ ਕਰਕੇ ਆਉਣ ਦੀ ਤੁਸੀਂ ਜਦੋਂ ਚਾਹੋ ਜਿੰਨੀ ਮਰਜ਼ੀ ਵਾਰੀ ਚਾਹੋ ਤੁਸੀਂ ਆ ਸਕਦੇ ਹੋ ਮੈਂ ਤੁਹਾਡਾ ਬੇਟਾ ਮੋਮ ਤੇ ਮੈਂ ਕੀ ਮੈਂ ਤੁਹਾਡੀ ਵਾਈਫ ਨਹੀਂ ਹਾਂ ਵਿਕਰਮ ਲੁੱਕ ਮਹਿਰ ਮੇਰੇ ਤੇ ਮੋਮ ਦੇ ਵਿੱਚ ਆਉਣ ਦੀ ਤੈਨੂੰ ਕੋਈ ਜ਼ਰੂਰਤ ਨਹੀਂ ਹੈ ਨਹੀਂ ਤੇ ਮੈਂ ਦੂਜੀ ਵਾਰੀ ਸਮਝਾਉਂਗਾ ਨਹੀਂ ਤੈਨੂੰ ਮੇਰੇ ਤੇ ਗੁੱਸਾ ਕਰਨ ਦੀ ਕੋਸ਼ਿਸ਼ ਨਾ ਕਰੋ ਵਿਕਰਮ ਤੁਸੀਂ ਤੁਹਾਡੀ ਮਦਰ ਤੇ ਤੁਹਾਡੀ ਉਹ ਕਲਿਆਣੀ ਦੀ ਸਭ ਮੇਰੇ ਦੁਸ਼ਮਣ ਬਣ ਕੇ ਮੇਰੇ ਤੇ ਚੀਕ ਰਹੇ ਹੋ ਕਿ ਮੇਰੀ ਕੋਈ ਇੱਜ਼ਤ ਨਹੀਂ ਹੈ ਜੇ ਨਹੀਂ ਹੈ ਤਾਂ ਤੁਸੀਂ ਮੇਰੇ ਨਾਲ ਵਿਆਹ ਕਿਉਂ ਕਰਵਾਇਆ ਤੇ ਨਾਲੇ ਵਿਆਹ ਤੋਂ ਪਹਿਲਾਂ ਜਿਹੜਾ ਤੁਸੀਂ ਵਾਅਦਾ ਕੀਤਾ ਸੀਗਾ ਕਿ ਮੇਰਾ ਖਿਆਲ ਰੱਖੋਗੇ ਕੀ ਉਹ ਸਭ ਝੂਠ ਸੀ ਤੁਸੀਂ ਦੋਨੋਂ ਨਾ ਬਸ ਕਰੋ ਹੁਣ ਮੈਂ ਕਿਹਾ ਨਾ ਕਿ ਮੇਰੀ ਗਲਤੀ ਹੈ ਤੇ ਮੈਂ ਮਾਫੀ ਮੰਗ ਰਹੀ ਹਾਂ ਨੋ ਮੋਮ ਪਲੀਜ਼ ਸ਼ਾਂਤ ਹੋ ਜਾਓ ਤੇ ਨੀਚੇ ਆ ਕੇ ਖਾਣਾ ਖਾ ਲਓ ਹਸਬੈਂਡ ਵਾਈਫ ਨੇ ਸਾਰੀ ਉਮਰ ਇਕੱਠੇ ਰਹਿਣਾ ਹੁੰਦਾ ਤੇ ਛੋਟੀ ਛੋਟੀ ਗੱਲਾਂ ਨੂੰ ਇਗਨੋਰ ਕਰਨਾ ਪੈਂਦਾ ਬੱਚੇ ਪਲੀਜ਼ ਨੀਚੇ ਆ ਜਾਓ ਮੰਮੀ ਜੀ ਮੇਰੀ ਇੱਕ ਗੱਲ ਕਲੀਅਰਲੀ ਸੁਣ ਤੇ ਸਮਝ ਲਓ ਮੈਂ ਆਫਿਸ ਜੁਆਇਨ ਕਰਾਂਗੀ ਤੇ ਜ਼ਰੂਰ ਕਰਾਂਗੀ ਤੁਸੀਂ ਬਸ ਉਸ ਕਲਿਆਣੀ ਮਲਹੋਤਰਾ ਨੂੰ ਸੰਭਾਲਣ ਦੀ ਤਿਆਰੀ ਕਰ ਲਓ ਕਿਉਂਕਿ ਜਦੋਂ ਮੈਂ ਉਹਦੀ ਚੇਅਰ ਤੇ ਬੈਠਾਂਗੀ ਨਾ ਤਾਂ ਉਹਨੂੰ ਸ਼ੌਕ ਤਾਂ ਲੱਗੇਗਾ ਹੀ ਕਿੱਥੇ ਫਸ ਗਿਆ ਯਾਰ ਉੱਧਰ ਉਹ ਸਹਿਜ ਤੇ ਇੱਧਰ ਹੀ ਦੋਨੋਂ ਭੈਣਾਂ ਨੇ ਮੇਰਾ ਦਿਮਾਗ ਖਰਾਬ ਕਰਕੇ ਰੱਖਿਆ ਹੋਇਆ ਅੰਕਲ ਕਿੱਥੇ ਜਾ ਸਕਦੇ ਨੇ ਕਿਤੇ ਉਹ ਹਸਪੀਟਲ ਤੋਂ ਬਾਹਰ ਤਾਂ ਨਹੀਂ ਚਲੇ ਗਏ ਅੰਕਲ ਅੰਕਲ ਤੁਸੀਂ ਸਾਡੀ ਗੱਲਾਂ ਲੁਕ ਲੁਕ ਕੇ ਕਿਉਂ ਸੁਣ ਰਹੇ ਸੀ ਤੁਸੀਂ ਸਾਨੂੰ ਜਾਣਦੇ ਹੋ ਕੀ ਹੋਇਆ ਅੰਕਲ ਤੁਸੀਂ ਰੋ ਕਿਉਂ ਰਹੇ ਹੋ ਤੁਸੀਂ ਠੀਕ ਹੋ ਹਾਂ ਬਹੁਤ ਪਹਿਲਾਂ ਮੈਂ ਇੱਥੇ ਹੀ ਕੰਮ ਕਰਦਾ ਸੀਗਾ ਫਿਰ ਛੱਡ ਦਿੱਤਾ ਅੱਜ ਮੈਂ
अपने पेपर लैन आया सी ते फिर मैं वो गल्लां सुनिया जो उस मुंडे ने कहियां। फिर तुहानूं उहदियां गल्लां नाल इन्ना फर्क क्यों पै रहा है? तुहाडा कोई कनैक्शन है उहदे नाल? मैं ही वो बंदा हाँ जिसने उस मुंडे नूं अनाथ आश्रम च छड्डिया सी। ਉਹ ਮੇਰੀ ਹੀ ਗੱਲ ਕਰ ਰਿਹਾ ਸੀ। ਤੁਹਾਨੂੰ ਪੂਰਾ ਯਕੀਨ ਹੈ ਕਿ ਉਹੀ ਹੈ? ਮਤਲਬ ਉਸ ਟਾਈਮ ਤਾਂ ਬਹੁਤ ਸੇ ਬੱਚੇ ਗਏ ਹੋਣੇ ਨਾ? ਹਾਂ ਬਹੁਤ ਗਏ ਹੋਣੇ, ਪਰ ਉਸ ਵੇਲੇ ਇਸ ਹਸਪੀਟਲ 'ਚ ਇੱਕੋ ਹੀ ਗਿਆ ਸੀ ਅਤੇ ਉਸਨੂੰ ਮੈਂ ਭੇਜਿਆ ਸੀ। ਜੇ ਤੁਹਾਨੂੰ ਯਕੀਨ ਨਹੀਂ ਤਾਂ ਮੇਰੇ ਨਾਲ ਚੱਲ ਕੇ ਰਿਕਾਰਡ ਚੈੱਕ ਕਰ ਸਕਦੇ ਹੋ। ਆਓ ਮੇਰੇ ਨਾਲ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦੋਂ ਇਸ ਦੀ ਮਾਂ ਨੂੰ ਹਸਪੀਟਲ 'ਚ ਲੈ ਕੇ ਆਏ ਸੀ ਅਤੇ ਉਹ ਜ਼ਖਮੀ ਸੀ ਅਤੇ ਇੱਕ ਛੋਟਾ ਜਿਹਾ ਬੱਚਾ ਉਸਦੀ ਮਾਂ ਨੂੰ ਇੱਥੇ ਲੈ ਕੇ ਆਇਆ ਸੀ। ਛੋਟਾ ਬੱਚਾ ਮਿਲ ਗਈ। ਉਰਮਿਲਾ ਮਲਹੋਤਰਾ ਤੇ ਉਹਨਾਂ ਨੂੰ ਐਡਮਿਟ ਕਰਾਉਣ ਵਾਲਾ ਨਿਹਾਲ ਸਿੰਘ ਬੇਦੀ ਸੀ? ਕੀ ਹੋਇਆ, ਬੱਚੇ ਦਾ ਨਾਂ ਪੜ੍ਹ ਕੇ ਇੰਨੀ ਹੈਰਾਨ ਕਿਉਂ ਹੈ ਪੁੱਤਰ? ਨਹੀਂ ਕੁਛ ਨਹੀਂ, ਨਿਹਾਲ ਵੀਰੇ ਨੇ ਕਬੀਰ ਦੀ ਮਦਰ ਨੂੰ ਹਸਪੀਟਲ ਛੱਡਿਆ ਸੀ। ਮੈਂ ਕਲਿਆਣੀ ਨੂੰ ਇਨਵਾਈਟ ਕਰਨ ਆਈ ਸੀ। 25 ਤਰੀਕ ਨੂੰ ਸੌਰਵ ਦੀ ਬੁੱਕ ਲਾਂਚ ਹੋ ਰਹੀ ਹੈ। ਇਸ ਬੁੱਕ ਵਿੱਚ ਉਹਨੇ ਸਾਰਾ ਸੱਚ ਲਿਖਿਆ, ਲੋਕ ਉਹਦੇ ਬਾਰੇ, ਉਹਦੀ ਲਾਈਫ ਬਾਰੇ, ਉਹਦੀ ਵਾਈਫ ਬਾਰੇ ਸਾਰਾ ਕੁਝ ਜਾਣਨ ਜਾ। ਮੇਰੇ ਤੋਂ ਲਿਖਾ ਕੇ ਲੈ। ਇਸ ਬੁੱਕ ਲਾਂਚ ਤੋਂ ਬਾਅਦ ਸੌਰਵ ਨੂੰ ਸਿੰਪਥੀ ਵੀ ਮਿਲੂਗੀ ਤੇ ਸਿਟੀਜ਼ਨਸ਼ਿਪ। ਬਾਏ ਦਾ ਵੇ, ਮੇਰੀ ਬੁੱਕ ਪਬਲਿਸ਼ ਹੋ ਰਹੀ ਹੈ, ਤੈਨੂੰ ਇਨਵਾਈਟ ਕਰਨ ਲਈ ਕਾਲ ਕੀਤਾ। ਬੈਟਰੀ ਖਤਮ ਹੋ ਗਈ ਹੈ, ਮਮਾ ਲੈ ਕੇ ਆਉਂਦੀ। ਮਿੰਡੀ ਆਪਣੀ ਇਸ ਛੋਟੀ ਜਿਹੀ ਦੁਨੀਆ ਵਿੱਚ ਕਿੰਨੀ ਖੁਸ਼ ਹੈ। ਇਹਨੂੰ ਤਾਂ ਇਹ ਵੀ ਨਹੀਂ ਪਤਾ ਕਿ ਇਹਦੇ ਪਾਪਾ ਜੋਸਫ ਕਹਿਣ ਨੂੰ ਹੀ ਇਹਦੇ ਪਾਪਾ ਨੇ ਤੇ ਬਸ ਕਹਿਣ ਨੂੰ ਹੀ ਸ਼ਾਇਦ ਉਹਨੂੰ ਪਿਆਰ ਕਰਦੇ ਨੇ। ਆਪਣੀ ਹੀ ਬੇਟੀ ਦੀ ਖੁਸ਼ੀਆਂ ਖੋਣ ਵਿੱਚ ਲੱਗਿਆ ਹੋਇਆ। ਆਪਣੀ ਬੁੱਕ ਵਿੱਚ ਆਪਣੇ ਆਪ ਨੂੰ ਆਪਣੇ ਹਿਸਾਬ ਨਾਲ ਲਿਖੇਗਾ, ਕ੍ਰੇਸੀ ਦੇ ਨਾਲ ਮਿਲ ਕੇ ਆਪਣੀ ਲਾਈਫ 'ਤੇ ਬੁੱਕ ਪਬਲਿਸ਼ ਕਰੇਗਾ ਅਤੇ ਮੈਨੂੰ ਅਤੇ ਮੇਰੀ ਫੈਮਿਲੀ ਨੂੰ ਡਿਫੇਮ ਕਰਨ ਦੀ ਕੋਸ਼ਿਸ਼ ਕਰੇਗਾ। ਇੰਨੀ ਮੁਸ਼ਕਲ ਮੈਂ ਮਿੰਟੀ ਦੀ ਸਿਟੀਜ਼ਨਸ਼ਿਪ ਦਾ ਮੈਟਰ ਸੋਲਵ ਕੀਤਾ ਸੀ। ਪਤਾ ਨਹੀਂ ਸੌਰਵ ਨੇ ਆਪਣੀ ਬੁੱਕ ਵਿੱਚ ਕੀ ਲਿਖਿਆ ਹੋ ਸਕਦਾ ਅਤੇ ਕੀ ਹੋਏਗਾ ਉਸ ਤੋਂ ਬਾਅਦ। ਮੈਂ ਤੈਨੂੰ ਆਪਣੇ ਬੱਚੇ ਦੇ ਨੇੜੇ ਕਦੀ ਵੀ ਨਹੀਂ ਆਉਣ ਦੇ ਸਕਦੀ। ਬਹੁਤ ਕਰ ਲਿਆ ਮੇਰੇ ਬੱਚੇ ਦੀ ਖੁਸ਼ੀਆਂ ਦੇ ਨਾਲ ਤੁਸੀਂ ਦੋਨਾਂ ਨੇ ਖਿਲਵਾੜ। ਨਹੀਂ ਸੌਰਵ, ਮੈਂ ਤੈਨੂੰ ਅਤੇ ਗ੍ਰੇਸੀ ਨੂੰ ਆਪਣੇ ਬੱਚੇ ਦੇ ਨਾਲ ਹੋਰ ਖੇਲਣ ਨਹੀਂ ਦੇ ਸਕਦੀ। ਬਹੁਤ ਖੋਲੀਆਂ ਤੁਸੀਂ ਮੇਰੇ ਬੱਚੇ ਦੀ ਖੁਸ਼ੀਆਂ, ਕੁਛ ਵੀ ਕਰਕੇ ਮੈਂ ਤੁਹਾਨੂੰ ਦੋਨਾਂ ਨੂੰ ਆਪਣੇ ਬੱਚੇ ਦੇ ਨੇੜੇ ਕਦੀ ਵੀ ਨਹੀਂ ਆਉਣ ਦੇ ਸਕਦੀ। ਕਿਹੋ ਜਿਹਾ ਫੀਲ ਹੋ ਰਿਹਾ ਤੈਨੂੰ ਪਤਾ ਮੈਂ ਤਾਂ ਡਰ ਹੀ ਗਈ ਸੀ। ਮੈਂ ਤੈਨੂੰ ਇਸ ਹਾਲਤ ਵਿੱਚ ਨਹੀਂ ਦੇਖ ਸਕਦੀ ਕਬੀਰ। ਮੈਂ ਐਕਸਪਲੇਨ ਵੀ ਨਹੀਂ ਕਰ ਸਕਦੀ ਕਿ ਮੈਂ ਕਿੰਨਾ ਡਰ ਗਈ ਸੀ। ਜੇ ਤੈਨੂੰ ਕੁਛ ਹੋ ਜਾਂਦਾ ਫਿਰ ਤੱਕ ਫਿਰ ਕੀ ਹੋ ਜਾਂਦਾ ਸਹਿਜ? ਨਹੀਂ ਉਹਨਾਂ ਤਾਂ ਕੁਛ ਨਹੀਂ ਸੀ, ਮੈਂ ਤਾਂ ਬਸ ਐਵੇਂ ਤੇਰੇ ਚਿਹਰੇ 'ਤੇ ਡਰ ਨਹੀਂ ਆ ਸਕਦਾ ਸਹਿਜ। ਦੱਸ ਮੈਨੂੰ ਕੀ ਗੱਲ ਹੈ? ਹੋਣਾ ਕੀ ਹੈ ਕਬੀਰ,
ਕਿਸੇ ਨੂੰ ਕੁਝ ਹੋ ਜਾਂਦਾ ਫੇਰ ਪਰ ਉਹਦੇ ਨਾਲ ਤੈਨੂੰ ਕੋਈ ਫਰਕ ਨਹੀਂ ਪੈਣਾ ਸੀ ਸਹਿਜ ਕੀ ਫਰਕ ਪੈਣਾ ਸੀ ਮਤਲਬ ਤੂੰ ਮੇਰਾ ਬੈਸਟ ਫਰੈਂਡ ਹੈ ਕਬੀਰ ਕਿਸੇ ਨੂੰ ਕੁਝ ਹੋ ਜਾਂਦਾ ਫੇਰ ਇੱਕ ਹੀ ਤਾਂ ਦੋਸਤ ਹੈ ਮੇਰੇ ਕੋਲ ਤੇਰੇ ਤੋਂ ਇਲਾਵਾ ਨਾ ਕੋਈ ਮੇਰਾ ਦੋਸਤ ਹੈ ਮੈਂ ਕਦੇ ਬਣਾਇਆ ਸਿਰਫ ਦੋਸਤ ਤੋਂ ਜ਼ਿਆਦਾ ਕੁਛ ਨਹੀਂ ਤੂੰ ਇਸ ਟਾਈਮ ਹਸਪੀਟਲ ਦੇ ਬੈੱਡ ਤੇ ਹੈ ਯਾਰ ਹੁਣ ਤਾਂ ਮਜ਼ਾਕ ਬੰਦ ਕਰ ਦੇ ਪਲੀਜ਼ ਮੈਂ ਕਰਨਾ ਚਾਹਨਾ ਸੀ ਪਰ ਮੈਂ ਚਾਹ ਕੇ ਨਹੀਂ ਕਰ ਸਕਦਾ ਮੇਰੀ ਸੋਚ ਮੇਰੀਆਂ ਗੱਲਾਂ ਸਾਰੀਆਂ ਤੇਰੇ ਤੱਕ ਆ ਕੇ ਰੁਕ ਜਾਂਦੀਆਂ ਤੈਨੂੰ ਪਤਾ ਉਸ ਦਿਨ ਜਦੋਂ ਮੈਂ ਡਿੱਗਿਆ ਹੋਇਆ ਸੀ ਨਾ ਤਾਂ ਮੇਰੀਆਂ ਅੱਖਾਂ ਸਾਹਮਣੇ ਸਿਰਫ ਇੱਕ ਹੀ ਚਿਹਰਾ ਘੁੰਮ ਰਿਹਾ ਸੀ ਤੇਰਾ ਚਿਹਰਾ ਮੇਰੇ ਦਿਮਾਗ 'ਚ ਸਿਰਫ ਇਹੀ ਚੀਜ਼ ਚੱਲ ਰਹੀ ਸੀ ਕਿ ਮੈਂ ਤੇਰਾ ਚਿਹਰਾ ਦੁਬਾਰਾ ਦੇਖ ਪਾਊਂਗਾ ਜਾਂ ਨਹੀਂ ਕਬੀਰ ਤੂੰ ਨਹੀਂ ਸੁਧਰੇਗਾ ਜੇ ਮੈਂ ਨਹੀਂ ਸੁਧਰ ਸਕਦਾ ਤਾਂ ਤੂੰ ਸੁਧਰ ਜਾ ਮੈਂ ਕਿਹੜਾ ਵਿਗੜੀ ਹੋਈ ਆ ਜੋ ਸੁਧਰਾਂ ਤੂੰ ਆਪਣੀ ਇੱਕ ਆਦਤ ਜਾਂ ਕਹਿ ਲੈ ਇੱਕ ਇੱਜ਼ਤ ਸੁਧਾਰ ਲੈ ਵਿਕਰਮ ਨੂੰ ਖੋ ਕੇ ਕਿਸੇ ਹੋਰ ਨੂੰ ਪਿਆਰ ਨਾ ਕਰਨ ਦੀ ਆਦਤ ਯਾਰ ਇੱਥੇ ਤਾਂ ਵਿਕਰਮ ਦਾ ਨਾਮ ਨਾ ਲੈ ਪਲੀਜ਼ ਵਿਕਰਮ ਮਲਹੋਤਰਾ ਦਾ ਨਾਮ ਤਾਂ ਲੈਣਾ ਹੀ ਪਏਗਾ ਜੇ ਕਬੀਰ ਨਹੀਂ ਲਏਗਾ ਤਾਂ ਮੈਂ ਲਵਾਂਗਾ ਤੈਨੂੰ ਯਾਦ ਹੈ ਡੀਕੇ ਨੇ ਤੈਨੂੰ ਚੈਲੰਜ ਕੀਤਾ ਸੀ ਕਿ ਤੂੰ ਵਿਕਰਮ ਮਲਹੋਤਰਾ ਨੂੰ ਗ੍ਰਿਫਤਾਰ ਨਹੀਂ ਕਰ ਪਾਏਂਗੀ ਤੇ ਜੇ ਕਰ ਪਾਏਂਗੀ ਤਾਂ ਜੋ ਇਨਫੋਰਮੇਸ਼ਨ ਤੈਨੂੰ ਚਾਹੀਦੀ ਆ ਉਹ ਇਦਾਂ ਹੀ ਦੇ ਦੇਗਾ ਪਰ ਤੁਹਾਨੂੰ ਕਿਵੇਂ ਪਤਾ ਸਰ ਮੈਂ ਤੁਹਾਡੇ ਨਾਲ ਹੋਵਾਂ ਜਾਂ ਨਾ ਹੋਵਾਂ ਕੋਈ ਫਰਕ ਨਹੀਂ ਪੈਂਦਾ ਪਰ ਮੇਰੀਆਂ ਨਜ਼ਰਾਂ ਹਰ ਸਮੇਂ ਹਰ ਤਰਫ ਹੁੰਦੀਆਂ ਨੇ ਤੂੰ ਮੈਨੂੰ ਇਹ ਦੱਸ ਕਿ ਤੂੰ ਵਿਕਰਮ ਮਲਹੋਤਰਾ ਨੂੰ ਇੰਟੈਰੋਗੇਟ ਕਰਨ ਵਾਸਤੇ ਕਦੋਂ ਅਰੈਸਟ ਕਰ ਰਹੀ ਹੈ ਇਹ ਸਿਰਫ ਮੈਂ ਹੀ ਨਹੀਂ ਪੁੱਛਦਾ ਸਾਰਾ ਡਿਪਾਰਟਮੈਂਟ ਜਾਣਨਾ ਚਾਹੁੰਦਾ ਹੈ ਉਸ ਵਿਕਰਮ ਨੂੰ ਪਕੜ ਕੇ ਲਾਓ ਉਸ ਤੋਂ ਬਾਅਦ ਜੋ ਤੁਸੀਂ ਕਹੋਗੇ ਜਿਸ ਦੇ ਸਾਹਮਣੇ ਕਹੋਗੇ ਦੱਸ ਦਿਆਂਗੇ ਪ੍ਰੋਮਿਸ ਵਿਕਰਮ ਮਲਹੋਤਰਾ ਨੂੰ ਮੈਂ ਇੰਟੈਰੋਗੇਸ਼ਨ ਲਈ ਬੁਲਾ ਲਿਆ ਸਰ ਪਰ ਉਸ ਤੋਂ ਪਹਿਲਾਂ ਮੈਂ ਡੀਕੇ ਦਾ ਹਿਸਾਬ ਕਰ ਲਾਂ ਕਬੀਰ ਤੇ ਅਟੈਕ ਕਰਵਾਉਣ ਵਾਲਾ ਡੀਕੇ ਹੀ ਸੀ ਪਰ ਉਸ ਤੋਂ ਪਹਿਲਾਂ ਮੈਂ ਡਿਪਾਰਟਮੈਂਟ ਦੀ ਸੀਸੀਟੀਵੀ ਫੁਟੇਜ ਚੈੱਕ ਕਰਾਉਣੀਆਂ ਨੇ ਉਹ ਐਸਟੀਐਫ ਦੇ ਅੰਦਰ ਬਹਿ ਕੇ ਇਹ ਸਭ ਕਿਵੇਂ ਪਲਾਨ ਕਰ ਸਕਦਾ ਹੈ ਓਕੇ ਮੈਂ ਏਜੰਟਸ ਨੂੰ ਆਰਡਰ ਕਰ ਦੇਵਾਂਗਾ ਜੀ ਉਹਦੀ ਹਿੰਮਤ ਕਿਵੇਂ ਹੋਈ ਕਬੀਰ ਨੂੰ ਹਰਟ ਕਰਨ ਦੀ ਕਬੀਰ ਹਾਓ ਡਾਕਟਰ ਸਾਹਿਬ How are you feeling, Kabir? Very good, thank you. Better. Okay, let me check. Very nice. Great. Aur assi ta seriously pehla dar gaye si. You are a real fighter, Kabir. Thank you, doctor. Aur Kabir nu kinne time tak itthe rehna payega? Rehne di lod ki hai. Kabir is a young man. Aur ide sattan vajiyan si. ਅਸੀਂ ਇਹਨੂੰ ਟ੍ਰੀਟ ਕਰਤਾ ਉਹਨੇ ਬਿਲਕੁਲ ਠੀਕ ਹੈ ਅਤੇ ਇੱਕ ਮਿੰਟ ਦਿਖਾਓ ਥੋੜ੍ਹਾ ਸਾਰਾ ਗ੍ਰੇਟ ਵੈਰੀ ਨਾਈਸ ਤੁਹਾਡੇ ਡਿਸਚਾਰਜ ਦੇ ਡਾਕੂਮੈਂਟ ਮੈਂ ਸਾਈਨ ਕਰਤੇ ਨੇ ਹੁਣ ਤੁਸੀਂ ਘਰ ਜਾ ਸਕਦੇ ਹੋ ਪਿਆਰ ਵੀਰਾ ਕੀ ਇਹ ਨਾਮ ਤੇਰੀ ਡਿਕਸ਼ਨਰੀ 'ਚ ਹੈ ਮੈਨੂੰ ਤਾਂ ਲੱਗਦਾ ਸੀ ਕਿ ਤੇਰੀ ਡਿਕਸ਼ਨਰੀ 'ਚ ਸਿਰਫ ਕ੍ਰਾਈਮ ਅਤੇ ਕ੍ਰਿਮੀਨਲ ਦਾ ਨਾਮ ਹੀ ਲਿਖਿਆ ਐਨੀਵੇ ਟੇਕ ਕੇਅਰ Thank you.
ये जो भी डॉक्टर ने प्यार वाली गल कही है ना, अपने दिमाग चो कट दे। पता नहीं अजकल के लोग किवें दियां गल्लां करन लग गए ने। तो चुपचाप घर चल मेरे नाल। ठीक है, पर घर जाके मैं मिलेगा ना जो डॉक्टर ने कहा प्यार ते किया। तू चुप कर ते चुपचाप घर चल। घर जाके मैं तेनू बहुत कुछ दसना है।